ਆਹਲੂਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਫਿਰ ਤੋਂ ਨਿਊਜ਼ ਤੋਂ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 26 ਦੇ ਵਿੱਚ ਜਿੱਥੇ ਦੇ ਕਿ ਸਾਬਕਾ ਕੌਂਸਲਰ ਸਾਡੇ ਜੀਤ ਜੀ ਸਾਡੇ ਕੋਲ ਬੈਠੇ ਸਾਡੇ ਅੱਜ ਦੇ ਮਹਿਮਾਨ ਨੇ ਅਸੀਂ ਉਹਨਾਂ ਦੇ ਦਫ਼ਤਰ ਵਿਖੇ ਪਹੁੰਚੇ ਹਾਂ ਆ ਉਹਨਾਂ ਨਾਲ ਗੱਲ ਕਰਦੇ ਹਾਂ ਬਹੁਤ ਹੀ ਮਿਹਨਤੀ ਹਾਰਡ ਵਰਕਰ ਸਾਬਕਾ ਕੌਂਸਲਰ ਵੀ ਨੇ ਬਹੁਤ ਛੋਟੀ ਉਮਰ ਦੇ ਵਿੱਚ ਜਦ ਆਪਾਂ ਸਮਝ ਲਓ ਕਾਲਜ ਲਾਈਫ ਤੋਂ ਆਪਣਾ ਸਿਆਸੀ ਭਵਿੱਖ ਇਹਨਾਂ ਨੇ ਸ਼ੁਰੂ ਕੀਤਾ ਅਤੇ ਅੱਜ ਇਸ ਹਾਲਾਤਾਂ ਦੇ ਪਹੁੰਚ ਚੁੱਕੇ ਨੇ ਕਿ ਬਹੁਤ ਅੱਛਾ ਸ਼ਹਿਰ 'ਚ ਉਹਨਾਂ ਦਾ ਇੱਕ ਨਾਮ ਹੈ ਅਤੇ ਆਪਣੇ ਵਾਰਡ ਦੇ ਲਈ ਬਹੁਤ ਅੱਛੀ ਕਾਰਗੁਜ਼ਾਰੀ ਵੀ ਕਰਦੇ ਨੇ ਮੰਨੇ ਪਰਮੰਨੇ ਸੋਸ਼ਲ ਵਰਕਰ ਵੀ ਨੇ ਆਓ ਪਹਿਲਾਂ ਆਪਾਂ ਜੀਤ ਜੀ ਨਾਲ ਗੱਲ ਕਰਦੇ ਹਾਂ ਜੀਤ ਜੀ ਪਹਿਲਾਂ ਤਾਂ ਵੈਲਕਮ ਸਾਡੇ ਚੈਨਲ 'ਤੇ ਸਰ ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਫਿਰ ਤੋਂ ਨਿਊਜ਼ ਦਾ ਆਹਲੂਵਾਲੀਆ ਸਾਹਿਬ ਦਾ ਅਤੇ ਵਿੱਕੀ ਵਡੇਰਾ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਲਾਇਕ ਸਮਝਿਆ ਵੀ ਆਪਾਂ ਇਹ ਅੱਜ ਮੇਰੀ ਇੰਟਰਵਿਊ ਲੈ ਕੇ ਲੋਕਾਂ ਤੱਕ ਮੈਨੂੰ ਪਹੁੰਚਾਉਣ ਦੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਤੇ ਨੰਬਰ 2 ਜਿਹੜਾ ਮੈਂ ਵਾਰਡ ਨੰਬਰ 26 ਦੀ ਪਿਛਲੇ 5 ਸਾਲ ਤੋਂ ਸੇਵਾ ਕੀਤੀ ਆ ਉਹਦੇ ਵਿੱਚ ਮੈਂ ਕਦੇ ਵੀ ਕਿਸੇ ਪਾਰਟੀਬਾਜ਼ੀ ਦਾ ਅਤੇ ਕਦੇ ਕਿਸੇ ਧੜੇ ਦਾ ਮੁੱਖ ਰੱਖ ਕੇ ਉਹਦੀ ਡਿਵੈਲਪਮੈਂਟ ਦੇ ਵਿੱਚ ਕਦੇ ਕੋਈ ਔਕੜ ਨਹੀਂ ਆਉਣ ਦਿੱਤੀ ਮੇਰਾ ਇੱਕ ਵਾਰਡ ਜਦ ਮੈਂ ਅੱਜ ਤੋਂ 20 ਸਾਲ ਪਹਿਲਾਂ ਇਸ ਵਾਰਡ ਦੇ ਵਿੱਚ ਆਜ਼ਾਦ ਚੋਣ ਲੜੀ ਸੀ ਅਤੇ 22 ਚੋਣ ਸੀ ਜਿੱਥੇ ਦਾ ਨਰਿੰਦਰ ਸਿੰਘ ਖੱਟੜਾ ਦੀ ਡੈਥ ਹੋਣ ਤੋਂ ਬਾਅਦ ਇੱਥੇ ਚੋਣ ਹੋਈ ਸੀ ਅਤੇ ਉਹਦੇ ਵਿੱਚ ਮੈਂ ਲੂਜ਼ ਕਰ ਗਿਆ ਸੀ ਡੇਢ ਸਾਲ ਬਾਅਦ ਫਿਰ ਚੋਣ ਹੋਈ ਮੈਨੂੰ ਪਬਲਿਕ ਨੇ ਮੌਕਾ ਦਿੱਤਾ ਇਸ ਵਾਰਡ ਦੀ ਬਹੁਤ ਪੁਜੀਸ਼ਨ ਮਾੜੀ ਸੀਗੀ ਉਹ ਲੋਕਾਂ ਨੂੰ ਪਤਾ ਮੈਨੂੰ ਦੱਸਣ ਦੀ ਲੋੜ ਨਹੀਂ ਅਤੇ ਮੇਰੇ ਸਿਆਸੀ ਗੁਰੂ ਜਥੇਦਾਰ ਗੁਰਚਰਨ ਸਿੰਘ ਤੌੜਾ ਨੇ ਉਹਨਾਂ ਦੀ ਪ੍ਰੇਰਨਾ ਸਦਕਾ ਮੈਂ ਚੋਣ ਲੜਿਆ ਸੀ MC ਦੀ ਅਤੇ ਉਹਨਾਂ ਨੇ ਮੈਨੂੰ ਜਿੱਤਣ ਤੋਂ ਬਾਅਦ ਮੈਂ ਉਹਨਾਂ ਕੋਲ ਇੱਕੇ ਮੰਗ ਰੱਖੀ ਸੀ ਵੀ ਸਾਡੀ ਗੁਰਦੁਆਰਾ ਸਾਹਿਬ ਲੋੜ ਆ ਜਿਹੜੀ ਰੋਡ ਆ ਜਿਹੜੀ ਇਹ ਵਾਰਡ ਦੀ ਲਾਈਫ ਲਾਈਨ ਆ ਉਹਨਾਂ ਨੇ ਮੈਨੂੰ ਆਪਣੇ MP ਕੋਟੇ ਦੇ ਵਿੱਚੋਂ ਉਸ ਰੋਡ ਵਾਸਤੇ ਪੈਸੇ ਦੇ ਕੇ ਰੋਡ ਬਣਵਾ ਕੇ ਇਹਦਾ ਮਨੂਰਤ ਕੀਤਾ ਉਹਨਾਂ ਦੇ ਪੈਸੇ ਦੇ ਵਿੱਚ ਇੰਨੀ ਬਰਕਤ ਸੀ ਕਿ ਮੇਰੇ ਵਾਰਡ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਰੁਪਈਏ ਲੱਗੇ ਨੇ ਅੱਜ ਤੱਕ ਅੱਜ ਦੀ ਵੀ ਡੇਟ ਦੇ ਵਿੱਚ ਮੇਰੇ ਵਾਰਡ ਦੇ ਵਿੱਚ ਪਿਛਲੇ 17-18 ਸਾਲ ਤੋਂ ਕਦੇ ਮਿਸਤਰੀ ਦਾ ਕੰਮ ਨਹੀਂ ਬੰਦ ਹੋਇਆ ਡਿਵੈਲਪਮੈਂਟ ਹਮੇਸ਼ਾ ਚੱਲਦੀ ਰਹਿੰਦੀ ਹੈ ਅਤੇ ਪਿਛਲੇ 5 ਸਾਲ ਦੇ ਵਿੱਚ ਕਰੋੜਾਂ ਰੁਪਏ ਦਾ ਵਿਕਾਸ ਕਰਾਇਆ ਅਤੇ ਜਿਹੜੀ ਸ਼ਹਿਰ ਦੀ ਇੱਕ ਵਿਲੱਖਣ ਚੀਜ਼ ਭਗਤ ਪੂਰਨ ਸਿੰਘ ਜੀ ਦੇ ਨਾਂ 'ਤੇ ਅਸੀਂ ਉਰੇ ਕਮਿਊਨਿਟੀ ਸੈਂਟਰ ਬਣਾ ਰਹੇ ਹਾਂ ਜਿਹੜਾ 2 ਕਰੋੜ ਦੀ ਲਾਗਤ ਨਾਲ ਬਣਨਾ ਮੈਰਿਜ ਪੈਲਸ ਦਾ ਉਹਦਾ ਪੂਰਾ ਮੈਰਿਜ ਪੈਲਸ ਵਾਂਗੂ ਉਹਦੇ ਵਿੱਚ AC ਫੁੱਲੀ AC ਬਣਨਾ ਉਹਨੇ ਆਰਕੀਟੈਕਟ ਬਹੁਤ ਅੱਖੇ 2-3 ਲੱਖ ਰੁਪਏ ਦੇ ਵਿੱਚ ਆਰਕੀਟੈਕਟ ਵੀ ਕੀਤਾ ਹੋਇਆ ਪੂਰੀ ਉਹਦੀ ਸਵੈਲਿੰਗ ਚੈੱਕ ਕਰਾ ਕੇ ਪੂਰੇ ਪ੍ਰੋਪਰ ਤਰੀਕੇ ਨਾਲ ਉਹ ਬਣ ਰਿਹਾ ਅਤੇ ਉਹਦੇ ਵਿੱਚ ਵੀ ਬਹੁਤ ਅੜਿੱਕੇ ਲੱਗੇ ਨੇ ਪਰ ਅਸੀਂ ਉਸ ਨੂੰ ਵੀ ਰਾਜਨੀਤਿਕ ਰੰਗ ਨਹੀਂ ਦੇਣ ਦਿੱਤਾ ਕਿਸੇ ਨੂੰ ਅਤੇ ਸਾਡੇ ਵਾਰਡ ਦੇ ਵਿੱਚ 100% ਜਿਹੜੀਆਂ ਗਲੀਆਂ ਨੇ ਉਹ ਅਸੀਂ ਪੱਕੀਆਂ ਕਰਾ ਚੁੱਕੇ ਹਾਂ ਅਤੇ ਹਮੇਸ਼ਾ ਹੀ ਮੇਰੀ ਇਹ ਸੋਚ ਰਹਿੰਦੀ ਹੈ ਕਿ ਸ਼ਹਿਰ ਦੇ ਵਿੱਚ ਹਰਿਆਲੀ ਨੂੰ ਦੇਖਿਆ ਤੁਹਾਡੀ ਗ੍ਰੀਨਰੀ ਦੇ ਪ੍ਰਤੀ ਕਾਫੀ ਡੈਡੀਕੇਸ਼ਨ ਹਰਿਆਲੀ ਨੂੰ ਅਤੇ ਜਿਹੜਾ ਵਾਤਾਵਰਨ ਉਹਨੂੰ ਸਾਫ਼ ਰੱਖਣ ਦੇ ਵਿੱਚ ਮੇਰਾ ਹਮੇਸ਼ਾ ਹੀ ਜ਼ੋਰ ਰਹਿੰਦਾ ਮੇਰੀ ਟੀਮ ਦਾ ਜ਼ੋਰ ਰਹਿੰਦਾ ਮੇਰੇ ਨਾਲ ਬਹੁਤ ਨੌਜਵਾਨ ਜੁੜੇ ਹੋਏ ਨੇ ਜਿਹੜੇ ਵਿਚਾਰੇ ਕੋਲੋਂ ਵੀ ਪੈਸੇ ਖਰਚਦੇ ਨੇ ਅਸੀਂ ਕਦੇ ਵੀ ਅੱਜ ਤੱਕ ਗ੍ਰੀਨਰੀ ਵਾਸਤੇ ਮਿਊਂਸੀਪਲ ਕਮੇਟੀ ਦੇ ਵੱਲ ਨਹੀਂ ਚੱਕਿਆ ਕਿਸੇ ਹੋਰ ਸੰਸਥਾ ਵੱਲ ਨਹੀਂ ਚੱਕਿਆ ਅਸੀਂ ਜੇਬ 'ਚੋਂ ਪੈਸੇ ਲਾ ਕੇ ਅਸੀਂ ਗ੍ਰੀਨਰੀ ਲਾਉਣ ਦੀ ਕੋਸ਼ਿਸ਼ ਕੀਤੀ ਆ ਅਤੇ ਸਾਡਾ ਵਾਰਡ ਦੇ ਵਿੱਚ ਤੁਸੀਂ ਰਿਕਾਰਡ ਪਤਾ ਕਰ ਸਕਦੇ ਹੋ ਅਸੀਂ ਜਿੰਨਾ ਸਾਨੂੰ ਲੋਕਾਂ ਨੇ ਮਾਣ ਦਿੱਤਾ ਸੀਗਾ 1200 ਵੋਟ 'ਤੇ ਜਿਤਾਉਣ ਦਾ 1100 'ਤੇ ਅਸੀਂ ਉਹਨਾਂ 'ਤੇ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਆ ਸ਼ਾਇਦ ਕੋਈ 1-2 ਕਮੀਆਂ ਰਹਿ ਵੀ ਗਈਆਂ ਹੋਣ ਅਤੇ ਅਸੀਂ ਉਹਨਾਂ ਨੂੰ 20 ਗਾਹਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਜੀਤ ਜੀ ਆਪਾਂ ਦੇਖਿਆ ਵਾ ਵਾਰਡ ਦੇ ਵਿੱਚ ਕਈ ਕੰਮ ਤੁਸੀਂ ਕਰਾਏ ਕਈ ਵੀ ਹਜੇ ਤੁਹਾਡੇ ਜ਼ਿਹਨ 'ਚ ਹੋਣਗੇ ਕਿ ਜਿਹੜੇ ਪੈਂਡਿੰਗ ਪਏ ਹੋਣਗੇ ਅਤੇ ਇੱਕ ਜੇਕਰ ਆਪਾਂ ਅਮਾਊਂਟਿੰਗ ਫਿਗਰ ਦੇਖੀਏ ਵੀ ਹੁਣ ਤੱਕ ਜਿਹੜਾ ਪਿਛਲੇ 5 ਸਾਲਾਂ ਦੀ ਟੈਨਿਓਰ ਸੀਗੀ ਉਹਦੇ 'ਚ ਕਿੰਨਾ ਐਸਟੀਮੇਟਿਡ ਖਰਚਾ ਅਤੇ ਕੀ ਤੁਸੀਂ ਇਹਦੀ ਵਿਕਾਸ ਪ੍ਰਣਾਲੀ ਦੇ ਉੱਤੇ ਖਰਚ ਚੁੱਕੇ ਹੋ ਜਿਹੜਾ ਮੇਰਾ ਡਿਵੈਲਪਮੈਂਟ ਕਰਨ ਦਾ ਢੰਗ ਆ ਮੈਂ ਇਕੱਲੇ ਵਾਰਡ ਤੱਕ ਸੀਮਤ ਨਹੀਂ ਰਹਿੰਦਾ ਮੈਂ ਨਾਲ ਦੇ ਵਾਰਡਾਂ ਦੀ ਡਿਵੈਲਪਮੈਂਟ ਦੇ ਵੱਲ ਵੀ ਬਹੁਤ ਜ਼ਿਆਦਾ ਧਿਆਨ ਦਿੰਦਾ ਮੇਰੇ ਨਾਲ ਬਹੁਤ ਪਿਛੜੇ ਏਰੀਆ 27 ਨੰਬਰ ਵਾਰਡ ਦਾ 25 ਨੰਬਰ ਵਾਰਡ ਦੇ ਵਿੱਚ ਜਿਹੜਾ ਮੇਰੇ ਵਾਰਡ ਦਾ ਹੀ ਪਿਛਲੇ ਦਾ ਹਿੱਸਾ ਸੀ ਉਹਨੂੰ ਹੁਣ ਵਾਲੇ ਕੌਂਸਲਰ ਨੇ ਬਹੁਤ ਇਗਨੋਰ ਰੱਖਿਆ ਬਹੁਤ ਉਹਨੇ ਉੱਧਰ ਸਮਾਂ ਨਹੀਂ ਦਿੱਤਾ ਉਹਦੇ ਵਿੱਚ ਵੀ ਡਿਵੈਲਪ ਮੈਂ ਤਾਂ 5-7 ਕਰੋੜ ਰੁਪਏ ਦੀ ਡਿਵੈਲਪਮੈਂਟ ਤਾਂ ਅਸੀਂ ਆਮ ਕਰਾਉਣੀ ਸਾਡੇ ਵਾਸਤੇ ਮੈਂ ਜੇ ਨਾ ਕਰਾਵਾਂ ਤਾਂ ਮੈਨੂੰ ਨੀਂਦ ਨਹੀਂ ਆਉਂਦੀ ਵੀ ਇੰਨੀ ਕੁ ਡਿਵੈਲਪਮੈਂਟ ਜੇ ਨਾ ਹੋਵੇ 5 ਸਾਲ ਦੇ ਵਿੱਚ ਮੈਨੂੰ ਲੱਗਦਾ 7 ਲੱਖ ਰੁਪਏ 7 ਕਰੋੜ ਰੁਪਏ ਦੀ 10 ਕਰੋੜ ਰੁਪਏ ਦੀ ਡਿਵੈਲਪਮੈਂਟ ਮੈਂ ਕਰਾ ਚੁੱਕਿਆ ਅਤੇ ਭਵਿੱਖ ਦੇ ਵਿੱਚ ਫਿਰ ਯਾਨੀ ਕਿ ਜਿਵੇਂ 2 ਵਾਰਡ ਤੁਸੀਂ ਕਹਿੰਦੇ ਤੁਹਾਡੇ ਟੱਚ ਅਪ ਵਾਰਡ ਨੇ ਜਿਹੜੇ ਕਿ ਤੁਸੀਂ ਆਪ 26 ਦੇ ਕੌਂਸਲਰ ਹੋ 27 ਹੋ ਗਿਆ ਜਾਂ 1-2 ਵਾਰਡ ਜਿਹੜੇ ਤੁਹਾਡੇ ਵਾਰਡ ਦੇ ਨਾਲ ਨਜ਼ਦੀਕੀ ਲੱਗਦੇ ਨੇ ਉਹਨਾਂ ਵਾਰਡਾਂ ਦੇ ਵਿੱਚ ਵੀ ਕੋਈ ਸਿਆਸੀ ਪਲਾਨਿੰਗ ਭਵਿੱਖ ਨੂੰ ਲੈ ਕੇ ਹੈਗੀ ਦੇਖੋ ਜੀ ਜਿਹੜਾ 25 ਨੰਬਰ ਵਾਰਡ ਆ ਉਹਦੇ 'ਚੋਂ ਮੈਂ ਚੋਣ ਲੜਨੀ ਹੈ ਠੀਕ ਹੈ ਕਿਉਂਕਿ ਉਹ ਵਾਰਡ ਮੇਰੇ ਵਾਰਡ 'ਚੋਂ ਮੈਂ ਬਹੁਤ ਔਖਾ ਉਸਨੂੰ ਡਿਵੈਲਪ ਕੀਤਾ ਸੀ ਉਹਦੀਆਂ ਸਾਰਾ 100% ਉਹਨੂੰ ਪੱਕਾ ਕਰਕੇ ਉਹਨੂੰ ਨਾਲੀਆਂ ਗਲੀਆਂ ਸੀਵਰ ਵਾਟਰ ਸਪਲਾਈ ਸਟਰੀਟ ਲਾਈਟ ਲਾ ਕੇ ਉਹ ਛੱਡਿਆ ਸੀ
पर जिहड़ा हालात उस वार्ड दे पिछले 5 साल दे विच होए ने गुरद्वारा साहब रोड अद्धी उहदे च पैंदी सी बहुत उहदा बुरा हाल हुण असीं बनवाई आ उहदे विच सानूं संघर्ष भी करना पिया ते उहनूं बनवा के हुण मेरी प्लैनिंग है भी चाहे मेरे कोई घर दा मैंबर चाहे मेरा कोई मित्र असीं 25 नंबर वार्ड लड़ना है। तो जिमें आप देखा वै कि बहुत हालात देश के शहर के सारे कितने दुनिया के माड़े चल रहे हैं करोना चल रहा है पिछले 3 महीने हरेक वार्ड के गल करिए जी जी कोई ना कोई समस्या उठ के सामने आई है तो थोड़े वार्ड नंबर 26 के करोना के दौरान कोई दिक्कत या कोई प्रशासन वालों थोड़ा कोई हैल्प मुहैया हुई जी? प्रशासन तो सरकार वालों तो सूँ कोई हैल्प नहीं मुहैया हुई पर मैं ये गल कह सकता भी साढ़े जोड़े वार्ड ने आले दुआले के भी वार्ड ने उन्होंने कोई बंद असी भुखा नहीं सौन दिता ਕਿਤੇ ਵੀ ਰੋਟੀ ਦਾ ਕੋਈ ਇਹੋ ਜਿਹਾ ਨਹੀਂ ਕੰਮ ਛੱਡਿਆ ਵੀ ਜੇ ਕਿਸੇ ਨੂੰ ਕੋਈ ਵੀ ਬੰਦਾ ਕਿਸੇ ਹੋਰ ਕੋਲ ਜਾ ਕੇ ਮੰਗਦਾ ਹੋਵੇ। ਅਸੀਂ ਉਪਰਾਲਾ ਕਰਕੇ 2000 ਦੇ ਕਰੀਬ ਕਿੱਟ ਆਪਣੇ ਵਾਰਡ ਦੇ ਵਿੱਚ ਵੰਡੀ ਆ ਅਤੇ ਪੂਰੀ ਕਿੱਟ ਬਣਾ ਕੇ ਉਹਦੇ ਵਿੱਚ ਬਹੁਤ ਸਮਾਨ ਸੀਗਾ ਸਾਬਣ ਤੋਂ ਲੈ ਕੇ ਕੱਪੜੇ ਧੋਣ ਵਾਲੇ ਸਾਬਣ ਤੋਂ ਲੈ ਕੇ ਨਹਾਉਣ ਵਾਲੇ ਸਾਬਣ ਦਾ ਸਾਰੀਆਂ ਚੀਜ਼ਾਂ ਅਸੀਂ ਪਾ ਕੇ ਕਿੱਟ ਵੰਡੀ ਆ ਉਹ ਮੈਂ ਆਪਣੇ ਸੋਰਸਾਂ ਨਾਲ ਜਿਵੇਂ ਸਾਡੇ ਕੋਈ ਅਮੀਰ ਆਬਾਦੀ ਰਹਿੰਦੀ ਹੈ ਉਹਨਾਂ ਨੂੰ ਪ੍ਰੇਰ ਕੇ ਉਹਨਾਂ ਤੋਂ 200 ਕਿੱਟ ਲੈ ਲਈ 200 ਕਿਸੇ ਸੰਸਥਾ ਤੋਂ ਲੈ ਲਈ 200 ਕਿਸੇ ਤੋਂ ਲੈ ਲਈ ਕੰਟਰੀਬਿਊਟਰੀ ਕਰਕੇ ਕੋਲੋਂ ਵੀ ਕਰਕੇ ਸਾਡੇ ਨਾਲ ਜਿਹੜੀ ਟੀਮ ਆ ਉਹਨਾਂ ਨੇ ਵੀ ਆਪਣੇ ਪੈਸੇ ਜੋੜ ਕੇ ਅਸੀਂ ਲੋਕਾਂ ਤੱਕ ਰਸਦ ਪਹੁੰਚਾਉਣ ਦੀ ਜੋ ਸਾਡੀ ਜ਼ਿੰਮੇਵਾਰੀ ਸੀ ਅਸੀਂ ਉਸ ਨੂੰ ਨਿਭਾਇਆ ਅਤੇ ਅਸੀਂ 12-13 ਦਿਨ ਤੋਂ ਪਹਿਲੇ ਲੰਗਰ ਪਕਾ ਕੇ ਵੀ ਲੋਕਾਂ ਨੂੰ ਵਰਤਾਉਂਦੇ ਰਹੇ ਹਾਂ 15 ਦਿਨ ਉਸ ਤੋਂ ਫਿਰ ਕਰੋਨਾ ਦਾ ਖਤਰਾ ਵਧਣ ਕਰਕੇ ਅਸੀਂ ਉਸ ਨੂੰ ਬੰਦ ਕਰਕੇ ਫਿਰ ਸੁੱਕੇ ਰਾਸ਼ਨ ਵਾਲੇ ਜਿਵੇਂ ਕਿ ਆਪਾਂ ਜੀ ਦੇਖਿਆ ਵਾ ਇਹ ਜੇ ਕਰੋਨਾ ਜਿਹੜਾ ਇਹ ਜੇ ਨੇੜੇ ਤੇੜੇ ਜਾਂਦਾ ਨਹੀਂ ਦੇਖਦਾ ਹੈਗਾ ਅਤੇ ਚਲੋ ਤੁਸੀਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਹੋ ਜੇਕਰ ਭਵਿੱਖ ਦੇ ਵਿੱਚ ਜਨਤਾ ਤੁਹਾਡੀ ਫਿਰ ਸੇਵਾ ਜਿਹੜੀ ਕਿ ਤੁਸੀਂ ਆਲਰੇਡੀ ਨਿਭਾ ਚੁੱਕੇ ਹੋ ਕੌਂਸਲਰ ਦੇ ਰੂਪ ਦੇ ਵਿੱਚ ਭਵਿੱਖ ਚ ਲਾਉਂਦੀ ਹੈ ਤਾਂ ਤੁਹਾਡੇ ਭਵਿੱਖ ਦੇ ਏਜੰਡੇ 'ਚ ਕੀ ਸ਼ਾਮਲ ਹੋਊਗਾ? ਮੇਰਾ ਜਿਹੜਾ ਭਵਿੱਖ ਦਾ ਏਜੰਡਾ ਜੀ ਮੈਂ ਸਾਡਾ ਜਿਹੜਾ ਸ਼ਹਿਰ ਆ ਉਹ ਵਾਤਾਵਰਨ ਅਤੇ ਸਫਾਈ ਦੇ ਪੱਖੋਂ ਬਹੁਤ ਪਿਛੜਿਆ ਪਿਆ ਡਿਵੈਲਪਮੈਂਟ ਆ ਜਿਹੜੀ ਡਿਵੈਲਪਮੈਂਟ ਦਾ ਗਲੀਆਂ ਨਾਲੀਆਂ ਤਾਂ ਬਣੀ ਜਾਂਦੀਆਂ ਨੇ ਇਹਨਾਂ ਨੇ ਬਣਨਾ ਨਹੀਂ ਇਹਨਾਂ ਨੂੰ ਪ੍ਰੋਪਰ ਜੇ ਆਪਾਂ ਤਰੀਕੇ ਨਾਲ ਅਪਣਾਵਾਂਗੇ ਤਾਂ ਇਹ ਕੋਈ ਵੱਡਾ ਕੰਮ ਨਹੀਂ ਹੈ ਜਿਹੜਾ ਮੈਂ ਆਪਣੇ ਜੀਵਨ ਦੇ ਵਿੱਚ ਸੋਚਿਆ ਥੋੜ੍ਹੀ ਜਿਹੀ ਹਿੰਮਲਾ ਮਾਰਨ ਦੀ ਲੋੜ ਆ ਮੇਰੀ ਸੋਚ ਆ ਵੀ ਜਿਹੜਾ ਸਾਡਾ ਸ਼ਹਿਰ ਆ ਪੰਜਾਬ 'ਚੋਂ ਸਾਰਿਆਂ ਨਾਲੋਂ ਵੱਧ ਗ੍ਰੀਨ ਹੋਵੇ ਕਲੀਨ ਹੋਵੇ ਅਤੇ ਮੇਰੀ ਇਹੀ ਸੋਚ ਆ ਮੈਂ ਅਗਲੇ 5 ਸਾਲ ਵਾਸਤੇ ਇੱਕ ਤਾਂ ਕਰਪਸ਼ਨ ਨੂੰ ਜੜੋਂ ਪੱਟਣ ਵਾਸਤੇ ਆਪਣਾ ਉਪਰਾਲਾ ਸ਼ੁਰੂ ਕਰਨਾ ਚਾਹੇ ਮੇਰੇ ਨਾਲ ਕੋਈ ਰਹੇ ਚਾਹੇ ਨਾ ਰਹੇ ਮੈਂ ਇਹ ਲੜਾਈ ਵੱਡੇ ਪੱਧਰ 'ਤੇ ਤੋਰਨੀ ਹੈ ਅਤੇ ਜਿਹੜੀ ਸਫਾਈ ਆ ਜਦ ਕਰਪਸ਼ਨ ਦੇ ਅਸੀਂ ਮਗਰ ਪਾਵਾਂਗੇ ਸਫਾਈ ਵੀ ਹੋਊਗੀ ਅਤੇ ਗ੍ਰੀਨਰੀ ਵੀ ਹੋਊਗੀ ਅਤੇ ਡਿਵੈਲਪਮੈਂਟ ਵੀ ਹੋਊਗੀ ਕਰਪਸ਼ਨ ਦੇ ਰੋਕਣ ਨਾਲੇ ਮਿਊਂਸੀਪਲ ਕਮੇਟੀ ਦੇ ਵਿੱਚ ਬਹੁਤ ਚੰਗੇ ਕੰਮ। ਥੈਂਕ ਯੂ ਵੈਰੀ ਮੱਚ। ਇਹ ਸਾਗੇ ਵਾਰਡ ਨੰਬਰ 26 ਦੇ ਸਾਬਕਾ ਕੌਂਸਲਰ ਜੀਤ ਜੀ ਜਿਨ੍ਹਾਂ ਦੀ ਤੁਸੀਂ ਗੱਲ ਸੁਣੀ ਉਹਨਾਂ ਦੇ ਪਿਛਲੇ ਕੀਤੇ ਹੋਏ ਵਰਕ ਵੀ ਅਤੇ ਆਉਣ ਵਾਲੇ ਭਵਿੱਖ ਦੇ ਏਜੰਡੇ ਵੀ ਉਹਨਾਂ ਨੇ ਤੁਹਾਡੇ ਸਾਹਮਣੇ ਰੱਖੇ ਜਿਹੜੀ ਉਹਨਾਂ ਦੀ ਏਜੰਡੇ ਨੇ ਕ੍ਰਿਸਟਲ ਕਲੀਅਰ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਗ੍ਰੀਨਰੀ ਜੋ ਕਿ ਇੱਕ ਬਹੁਤ ਇਸ ਟਾਈਮ ਸਮੇਂ ਦੀ ਜ਼ਰੂਰਤ ਹੈ ਆਪਾਂ ਗਲੀਆਂ ਬਣਾ ਲਾਂਗੇ ਉਹਦੇ ਨਾਲ ਨਹੀਂ ਸਰਨਾ ਪਰ ਆਪਣੀ ਜਨਰੇਸ਼ਨ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸੁਖਦ ਪ੍ਰਦੂਸ਼ਣ ਮੁਕਤ ਸਮਾਜ ਦੇਣਾ ਵੀ ਉਹਨਾਂ ਦੇ ਏਜੰਡੇ 'ਚ ਸ਼ਾਮਿਲ ਹੈ। ਮੈਂ ਹਰਪ੍ਰੀਤ ਆਲੂਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਫਿਰ ਤੋਂ ਨਿਊਜ਼ ਤੋਂ ਥੈਂਕ ਯੂ ਵੈਰੀ ਮੱਚ।